ਅੱਜ ਮੈਂ ਤੁਹਾਡੀ ਭਾਵਨਾ ਬਣਾਉਣੀ ਚਾਹੁੰਦਾ, ਗੁਰੂ ਰਵਿਦਾਸ ਮਹਾਰਾਜ ਵਿੱਚ ਐਡੀਆਂ ਵੱਡੀਆਂ ਪਾਵਰਾਂ, ਇੰਨੀਆਂ ਬਖਸ਼ਿਸ਼ਾਂ, ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਭਾਵਨਾ ਨਾਲ ਤੁਸੀਂ ਕੋਈ ਵੀ ਅਰਦਾਸ ਕਰਕੇ ਵੇਖੋ, ਮਹਾਰਾਜ ਸਾਹਿਬ ਤੁਹਾਡੀਆਂ ਝੋਲੀਆਂ ਭਰ ਕੇ ਭੇਜਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਨੂੰ ਇੱਕ ਘਟਨਾ ਯਾਦ ਆ ਗਈ, ਆਹ ਫਲੋਰ ਦੇ ਲਾਗੇ ਅਸੀਂ ਸਮਾਗਮ ਤੇ ਗਏ ਜੀ, ਕੱਲ ਵੀ ਸਾਡੇ ਤਿੰਨ ਸਮਾਗਮ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ, ਆਦਮ ਪਰ ਗਏ, ਭੋਗ ਪਰ ਗਏ, ਦਸੂਹੇ ਰਾਤ ਪ੍ਰੋਗਰਾਮ ਸੀ, ਉੱਥੇ ਵੀ ਮੈਂ ਇਹ ਬਚਨ ਸੁਣਾਇਆ। ਮੈਂ ਕਿਹਾ ਸੰਗਤ ਜੀ, ਗੁਰੂ ਰਵਿਦਾਸ ਮਹਾਰਾਜ ਜੀ ਦੀ ਤੁਹਾਨੂੰ ਤਾਜ਼ੀ ਉਦਾਹਰਣ ਦਿੰਦਾ, ਗੁਰੂ ਰਵਿਦਾਸ ਮਹਾਰਾਜ ਆਪਣੇ ਸੇਵਕਾਂ ਦੇ ਨਾਲ ਕਿਵੇਂ ਵਰਤਦੇ ਹੈ, ਜਿਹੜੇ ਗੁਰੂ ਰਵਿਦਾਸ ਮਹਾਰਾਜ ਨੂੰ ਯਾਦ ਕਰਦੇ ਹੈ। ਫਲੋਰ ਦੇ ਲਾਗੇ ਅਸੀਂ ਗੁਰਮਤਿ ਸਮਾਗਮ ਵਿੱਚ ਗਏ, ਮੈਨੂੰ ਪਿੰਡ ਵਾਲੇ ਉੱਥੇ ਦੱਸਣ ਲੱਗੇ, ਐ ਭਾਈ ਸਾਹਿਬ ਜੀ, ਜਿਹੜੇ ਪਿੰਡ ਵਿੱਚ ਤੁਸੀਂ ਗੁਰਮਤਿ ਸਮਾਗਮ ਕਰਨ ਵਾਸਤੇ ਆਏ ਹੋ ਨਾ, ਜਿਨ੍ਹਾਂ ਦੇ ਘਰ ਤੁਸੀਂ ਕੀਰਤਨ ਕਰਨ ਵਾਸਤੇ ਆਏ ਹੋ, ਇਹ ਪਰਿਵਾਰ ਸਾਡੇ ਪਿੰਡ ਵਿੱਚ ਕਿਰਾਏ ਦੇ ਮਕਾਨ ਤੇ ਰਹਿਣ ਵਾਸਤੇ ਆਏ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣਿਓ ਧਿਆਨ ਦੇ ਨਾਲ ਬੀਬੀਓ, ਮੈਨੂੰ ਪਿੰਡ ਵਾਲੇ ਦੱਸ ਰਹੇ ਹੈ, ਕਹਿੰਦੇ ਭਾਈ ਸਾਹਿਬ, ਜਿਨ੍ਹਾਂ ਦੇ ਘਰ ਤੁਸੀਂ ਕੀਰਤਨ ਕਰਨ ਵਾਸਤੇ ਆਏ ਹਨ, ਇਹ ਸਾਡੇ ਪਿੰਡ ਵਿੱਚ ਕਿਰਾਏ ਦੇ ਮਕਾਨਾਂ ਤੇ ਰਹਿਣ ਵਾਸਤੇ ਆਏ ਸੀ। ਮੈਂ ਕਿਹਾ ਜੀ ਫੇਰ? ਕਹਿੰਦੇ ਭਾਈ ਸਾਹਿਬ ਜੀ, ਗੁਰੂ ਰਵਿਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਆਇਆ, ਪੂਰੇ ਪਿੰਡ ਨੇ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਪ੍ਰਕਾਸ਼ ਦਿਹਾੜਾ ਮਨਾਇਆ। ਕਹਿੰਦੇ ਇਹ ਪਰਿਵਾਰ ਨੇ ਗੁਰਦੁਆਰਾ ਸਾਹਿਬ ਆ ਕੇ ਸੰਗਤ ਦੀ ਬੜੀ ਸੇਵਾ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ, ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਦੋਵੇਂ ਹੱਥ ਜੋੜ ਕੇ ਪਰਿਵਾਰ ਨੇ, ਕਹਿੰਦੇ ਭਾਵਨਾ ਦੇ ਨਾਲ ਭੁੱਬਾਂ ਮਾਰਦਿਆਂ ਹੋਇਆਂ, ਅੱਖਾਂ ਵਿੱਚ ਵਿਰਾਗ ਦੇ ਹੰਝੂ ਪਰਿਵਾਰ ਦੇ ਵਗ ਰਹੇ ਸੀ, ਕਹਿੰਦੇ ਭਾਈ ਸਾਹਿਬ, ਇਹਨਾਂ ਨੇ ਅਰਦਾਸ ਕੀਤੀ, ਮਹਾਰਾਜ ਕਿਤੇ ਸਾਡੀ ਵੀ ਗਰੀਬੀ ਕੱਟੀ ਜਾਏਗੀ, ਮਹਾਰਾਜ ਕਿਤੇ ਸਾਡਾ ਵੀ ਘਰ ਹੋ ਸਕਦਾ, ਮਹਾਰਾਜ ਜੀ ਕਿਤੇ ਸਾਡੇ ਘਰ ਵਿੱਚੋਂ ਵੀ ਦਲਿੱਦਰਤਾ ਨਿਕਲ ਸਕਦੀ ਹੈ। ਸੰਗਤ ਜੀ, ਸੱਚੀ ਗੱਲ ਹੈ, ਦੋ ਬੰਦਿਆਂ ਤੇ ਕਦੇ ਵੀ ਮਜ਼ਾਕ ਨਾ ਉਡਾਇਆ ਕਰੋ। ਕਿਹੜੇ ਕਿਹੜੇ ਜੀ? ਪਹਿਲੇ ਨੰਬਰ ਤੇ ਜਿਹੜਾ ਮਰੀਜ਼ ਬੰਦਾ ਹੈ, ਤੁਹਾਨੂੰ ਕੋਈ ਬਿਮਾਰ ਬੰਦਾ ਵਿਖੇ, ਮਰੀਜ਼ ਵਿਖੇ, ਉਹਦੀ ਬਿਮਾਰੀ ਦਾ ਕਦੇ ਮਜ਼ਾਕ ਨਾ ਉਡਾਇਓ, ਤੇ ਦੂਜੇ ਨੰਬਰ ਤੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਇਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਿਨ ਫਿਰਦਿਆਂ ਦੇਰ ਨਹੀਂ ਲੱਗਦੀ, ਰੱਬ ਦੀ ਚੱਕੀ ਚੱਲਦੀ ਬਹੁਤ ਹੌਲੀ ਹੈ ਦੁਨੀਆ ਵਾਲਿਓ, ਪਰ ਪੀਂਦੀ ਬਹੁਤ ਬਰੀਕ ਹੈ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਿਆਣੇ ਬੈਠੇ ਹੋ, ਬਜ਼ੁਰਗਾਂ ਦਾ ਕਹਿਣਾ ਹੈ, ਇਹ ਮਾਇਆ ਦਾ ਕਾਹਦਾ ਹੰਕਾਰ ਹੈ ਜੀ, ਮਾਇਆ ਅੱਜ ਸਾਡੇ ਹੱਥ ਵਿੱਚ ਹੈ, ਇਹ ਤਾਂ ਹੱਥਾਂ ਦੀ ਮੈਲ ਹੈ, ਅੱਜ ਸਾਡੇ ਹੱਥ ਵਿੱਚ, ਕੱਲ ਨੂੰ ਪਤਾ ਨਹੀਂ ਕਿਹਦੇ ਹੱਥ ਵਿੱਚ ਹੋ ਜਾਣੀ। ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਇਓ। ਗੁਰੂ ਰਵਿਦਾਸ ਮਹਾਰਾਜ ਨੇ ਵੀ ਬਾਣੀ ਵਿੱਚ ਆਖਿਆ ਨਾ, ਦਾਲਤ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ ਹੈ। ਓ ਰੱਬਾ, ਮੇਰੀ ਗਰੀਬੀ ਵੱਲ ਵੇਖ ਕੇ ਲੋਕ ਹੱਸ ਰਹੇ ਹੈ, ਪਰ ਜਿਹੜੇ ਲੋਕ ਹੱਸ ਰਹੇ ਸੀ, ਗੁਰੂ ਰਵਿਦਾਸ ਜੀ ਮਹਾਰਾਜ ਨੇ ਦੁਨੀਆ ਵਾਲਿਆਂ ਨੂੰ ਉਹ ਵੀ ਕੰਮ ਕਰਕੇ ਵਿਖਾ ਦਿੱਤੇ, ਜਿਹੜੇ ਕੰਮ ਦੁਨੀਆ ਕਹਿੰਦੀ ਸੀ ਕਦੇ ਹੋਏ ਨਹੀਂ ਸਕਦੇ। ਕਿਹੜੇ ਕੰਮ ਜੀ? ਦੁਨੀਆ ਕਹਿੰਦੀ ਪਾਣੀ ਤੇ ਪੱਥਰ ਤਰ ਨਹੀਂ ਸਕਦੇ, ਪਰ ਗੁਰੂ ਰਵਿਦਾਸ ਮਹਾਰਾਜ ਨੇ ਪਾਣੀ ਤੇ ਪੱਥਰ ਵੀ ਤਾਰ ਕੇ ਦਿਖਾ ਦਿੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਗੱਲ ਤੁਹਾਡੇ ਚਰਨਾਂ 'ਚ ਕਰ ਰਿਹਾ, ਫਲੋਰ ਦੇ ਲਾਗੇ ਸਾਨੂੰ ਇੱਕ ਗੁਰਮੁਖ ਪਿਆਰੇ ਕਹਿ ਰਹੇ, ਭਾਈ ਸਾਹਿਬ, ਜਿਨ੍ਹਾਂ ਦੇ ਘਰ ਤੁਸੀਂ ਕੀਰਤਨ ਕਰਨ ਵਾਸਤੇ ਆਏ ਹੋ ਨਾ, ਇਹਨਾਂ ਨੇ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ, ਮਹਾਰਾਜ ਕਿਤੇ ਸਾਡੀ ਵੀ ਗਰੀਬੀ ਨਿਕਲ ਸਕਦੀ ਹੈ, ਮਹਾਰਾਜ ਕਿਤੇ ਸਾਡੇ ਕੋਲ ਵੀ ਆਪਣਾ ਘਰ ਹੋ ਸਕਦਾ,
ਕਹਿੰਦੇ ਭਾਈ ਸਾਹਿਬ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਪਰਿਵਾਰ ਨੇ ਕੀਤੀ ਅਰਦਾਸ। ਦਿਨ ਬੀਤਦੇ ਗਏ, ਬੀਤਦਿਆਂ ਬੀਤਦਿਆਂ ਅੱਜ ਇਹਨਾਂ ਦਾ ਪੂਰਾ ਪਰਿਵਾਰ ਅਮਰੀਕਾ ਦੀ ਧਰਤੀ ਤੇ ਸੈਟਲ ਹੈ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹਨਾਂ ਦਾ ਪੂਰਾ ਪਰਿਵਾਰ ਅਮਰੀਕਾ ਦੀ ਧਰਤੀ ਤੇ ਹੈ। ਮੈਂ ਕਿਹਾ ਜੀ ਫੇਰ? ਕਹਿੰਦੇ ਭਾਈ ਸਾਹਿਬ ਇਹ ਆਪਣੇ ਪੁੱਤਰ ਦੇ ਵਿਆਹ ਤੇ ਹੁਣ 1 ਕਰੋੜ ਦਾ ਖਰਚਾ ਕਰ ਰਹੇ ਹੈ। ਮੈਂ ਕਿਹਾ ਇਹ ਕਿਹੜੀ ਵੱਡੀ ਗੱਲ ਹੈ, ਸੁਣਿਓ। ਮੈਂ ਕਿਹਾ ਵੀ 1 ਕਰੋੜ ਦਾ ਜੇ ਖਰਚਾ ਕਰ ਰਹੇ ਹੈ, ਇੰਨਾ ਪੈਸਾ ਖਰਚਣ ਦੀ ਕੀ ਲੋੜ ਹੈ? ਕਿਸੇ ਗਰੀਬ ਦੀ ਮਦਦ ਕਰ ਦਿੰਦੇ, ਕਿਸੇ ਲੜਕੀ ਦੇ ਵਿਆਹ ਤੇ ਦੇ ਦਿੰਦੇ, ਕਿਸੇ ਨੂੰ ਮਕਾਨ ਬਣਾ ਕੇ ਦੇ ਦਿੰਦੇ, ਕਿਸੇ ਦੀ ਲੋੜ ਪੂਰੀ ਕਰ ਦਿੰਦੇ। ਕਹਿੰਦੇ ਭਾਈ ਸਾਹਿਬ ਜੀ ਉਹ ਵੀ ਤੁਹਾਨੂੰ ਦੱਸਦੇ ਹਾਂ, ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਹੁਣ ਕੀਰਤਨ ਕਰਨਾ ਹੈ ਨਾ, ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਇਕੱਲੇ ਪਰਿਵਾਰ ਨੇ ਕਹਿੰਦੇ ਬਣਾਇਆ ਸਾਡੇ ਪਿੰਡ ਵਿੱਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਬਸ ਨਹੀਂ, ਕਹਿੰਦੇ ਜਦੋਂ ਵੀ ਸਾਡੇ ਪਿੰਡ ਵਿੱਚ ਕੋਈ ਲੋੜਵੰਦ ਪਰਿਵਾਰ ਹੋਵੇ, ਕਿਸੇ ਦੀ ਲੜਕੀ ਦਾ ਵਿਆਹ ਹੋਵੇ, ਇਹ ਵਿਦੇਸ਼ਾਂ ਦੀ ਧਰਤੀ ਤੋਂ ਮਾਇਆ ਭੇਜਦੇ ਆ। ਮੈਂ ਗੱਲ ਤੁਹਾਡੇ ਚਰਨਾਂ 'ਚ ਇਹ ਕਰ ਰਿਹਾ, ਮੈਂ ਤੁਹਾਡੀ ਭਾਵਨਾ ਬਣਾਉਣੀ ਚਾਹੁੰਦਾ। ਜਿਹੜੇ ਗੁਰੂ ਦਾ ਤੁਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਇਹ ਗੁਰੂ ਤਕਦੀਰਾਂ ਬਦਲੀ ਕਰਨ ਵਾਲਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਮੱਥੇ ਦੇ ਲੇਖ ਸਿੱਧੇ ਕਰਨ ਵਾਲਾ ਹੈ, ਇਹ ਗੁਰੂ ਕਿਸਮਤਾਂ ਲਿਖਣ ਵਾਲਾ ਹੈ। ਪਰ ਕਿਹਨਾਂ ਦੀਆਂ ਕਿਸਮਤਾਂ ਲਿਖਦਾ ਹੈ? ਜਿਹੜੇ ਭਾਵਨਾ ਦੇ ਨਾਲ ਗੁਰੂ ਦਾ ਨਾਮ ਜਪਦੇ ਜੀ। ਆਖੋ ਸਤਨਾਮ।